ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਪਿੰਡ ਮੋਖਰ ਤੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੇ ਵਿੱਚ ਸਾਡੇ ਬਜ਼ੁਰਗ ਨੌਜਵਾਨ ਭਰਾਵਾਂ ਮਾਤਾਵਾਂ ਵਾਸਤੇ ਰੋਜ਼ਾਨਾ ਲੋਹੜੀ ਦਾ ਸਮਾਨ ਲੈ ਕੇ ਅਸੀਂ ਦਿੱਲੀ ਨੂੰ ਹੁਣ ਰਵਾਨਾ ਹੋਣ ਲੱਗੇ। ਇਸ ਸਹਿਯੋਗ ਦੇ ਵਿੱਚ ਮੇਰੇ ਨਾਲ ਸਾਡੇ ਇਲਾਕੇ ਦੇ ਸਾਥੀ ਪੰਚ ਸਰਪੰਚ ਪਤਵੰਤੇ ਸੱਜਣ ਉਹ ਵੀ ਮੇਰੇ ਨਾਲ ਜਾ ਰਹੇ ਨੇ ਅਤੇ ਇਹ ਜਿਹੜਾ ਮੀਂਹ ਦਾ ਮੌਸਮ ਹੈ ਇਹਨੂੰ ਵੇਖਦੇ ਹੋਏ ਮੁੱਖ ਤੌਰ 'ਤੇ ਅਸੀਂ ਤਰਪਾਲਾਂ ਅਤੇ ਟੈਂਟ ਨਾਲ ਲੈ ਕੇ ਚੱਲੇ।